ਸਸ਼ੀਕਲ ਜੀ ਅਸੀਂ ਬਲਵੀ ਸਟੋਰ ਪੋਸਟ ਵੀ ਚਲੋ ਜਾਣਾ ਤੋਂ ਬੋ ਰਹੇ ਸਾਰ ਨੂੰ ਪਿਆਰ ਭਰੀ ਸਸ਼ੀਕਲ ਉਮੀਦ ਕਰਦੇ ਹਾਂ ਕਿ ਸਭ ਠੀਕ ਠਾਕ ਹੋਣਗੇ ਤੇ ਅਸੀਂ ਲਾਈਵ ਲੈ ਕੇ ਆ ਤੁਹਾਡੇ ਕੋ ਡਿਜ਼ਾਈਨਰ ਆਰਟੀਕਲ ਜਿਹੜੇ ਹੋਣਗੇ ਪ੍ਰੋਪਰਲੀ ਇੰਡੋ-वेस्टर्न ਸਟਾਈਲ ਪ੍ਰੋਪਰ ਸ਼ਾਹ ਅਗਰਾਰਾ ਹਰ ਤਰ੍ਹਾਂ ਦਾ ਤੁਹਾਨੂੰ ਆਰਟੀਕਲ ਮਿਲੇਗਾ ਇਸ ਵੀਡੀਓ ਚ ਦੇਖਣ ਨੂੰ ਤਾਂ ਪਲੀਜ਼ ਵੀਡੀਓ ਨਾਲ ਦੀ ਨਾਲ ਸ਼ੇਅਰ ਜੁਰ ਕਰਦੇ ਰਹੋ ਕਿ ਤੁਹਾਨੂੰ ਸਭ ਨੂੰ ਪਤਾ ਹੋਏਗਾ ਕਿ ਅਸੀਂ ਸਾਡੇ ਦੇ ਚਾਰ ਵਿਨਰ ਸਿਗੇ ਜੋ ਅਸੀਂ ਤੁਹਾਨੂੰ ਪ੍ਰੋਮਿਸ ਕੀਤਾ ਸੀਗਾ ਕਿ ਸਭ ਤੋਂ ਬਾਅਦ ਜਿਹੜਾ ਵੀਡੀਓ ਸ਼ੇਅਰ ਕਰੇਗਾ ਲਾਈਕ ਕਰੇਗਾ ਕਮੈਂਟ ਕਰੇਗਾ ਉਹਨਾਂ ਨੂੰ ਸਾਡੀ ਬੁਲਵੀਟ ਟੀਮ ਵੱਲੋਂ ਬਹੁਤ ਹੀ ਪਿਆਰੇ 5 ਗਿਫਟ ਮਿਲਣਗੇ ਉਹ ਅਸੀਂ ਅਨਾਉਂਸ ਕਰ ਚੁੱਕੇ ਹਾਂ ਨਾਮ ਪਤਾ ਹੈ ਬਟਾ ਤੈਨੂੰ ਨਾਮ ਅਸੀਂ ਉੱਪਰ ਮੈਂਸ਼ਨ ਕਰ ਚੁੱਕੇ ਹਾਂ ਜਿਨ੍ਹਾਂ ਦੇ 4 ਸਾਡੇ ਵਿਨਰ ਬਣੇ ਨੇ ਉਹਨਾਂ ਦੇ ਗਿਫਟ ਬਣ ਕੇ ਰੈਡੀ ਨੇ ਹੋ ਚੋੜੇ ਹੈਂਡ ਬੈਗਸ ਵੀ ਨੇ ਆ ਦੇਖੋ ਪ੍ਰੋਪਰਲੀ ਨੈਕਲੇਸ ਵੀ ਰੈਡੀ ਆ ਜੋ ਲੱਕੀ ਕੂਪਨ ਨੇ ਉਹ ਵੀ ਰੈਡੀ ਨੇ ਇਹ 4 ਸਾਡੇ ਵਿਨਰ ਨੇ ਪਹਿਲੇ ਵਿਨਰ ਹੈਗੇ ਨੇ ਸੁਖਵਿੰਦਰ ਗਿੱਲ ਜੀ ਇਹ ਲਾਸਟ ਟਾਈਮ ਵੀ ਬਨੇ ਸੀ ਵਿਨਰ ਤੇ ਹੁਣ ਫੇਰ ਦੁਬਾਰਾ ਬਨੇ ਨੇ ਸੁਖਵਿੰਦਰ ਗਿੱਲ ਜੀ ਬਨੇ ਨੇ ਫਿਰ ਨੈਕਸਟ ਟਾਈਮ ਵੀ ਦੇਖਦੇ ਹਾਂ ਕੋਣ ਬੰਦਾ ਵਾ ਤੇ ਉਸ ਤੋਂ ਬਾਅਦ ਜਿਹੜੇ ਸੈਕੰਡ ਵਿਨਰ ਹੈਗੇ ਨੇ ਉਹ ਹੈਗੇ ਨੇ ਸਾਡੇ ਜੀ ਲਾਈਵ ਕਰਿਆ ਸੀਗਾ ਆਸ਼ਾ ਬਰਮਾ ਜੀ ਆਸ਼ਾ ਬਰਮਾ ਜੀ ਸੈਕੰਡ ਵਿਨਰ ਹੈਗੇ ਨੇ ਇਸੇ ਤਰ੍ਹਾਂ ਸਾਡੇ ਚਾਰ ਵਿਨਰ ਅਸੀਂ ਜਿਹੜੇ ਔਨਲਾਈਨ ਫੇਸਬੁੱਕ ਦੇ ਉੱਪਰ ਲਾਈਵ ਹੋ ਕੇ ਕਿਤੇ ਨੇ ਤੇ ਉਹਨਾਂ ਦੇ ਅਸੀਂ ਨਾਮ ਨੰਬਰ ਪਰਮਿਸ਼ਨ ਕੀਤੇ ਹੋਏ ਨੇ ਤੇ ਇੱਕ ਆਸੀਂ ਬਲਜੀਤ ਕੌਰ ਚੀਮਾ ਜੀ ਤੇ ਸਭ ਨੂੰ ਪਤਾ ਵਾ ਕਿ ਇਹ ਨਿਊ ਕਲਾਈਂਟ ਸਿਗੇ ਕਦੀ ਹਰਦੁਸ਼ ਸ਼ੋਪਿੰਗ ਨਹੀਂ ਕੀਤੀ ਬਟ ਤਾਂ ਵੀ ਅਸੀਂ ਇਹਨਾਂ ਦੇ ਸਭ ਤੋਂ ਵੱਧ ਵੀਡੀਓ ਸ਼ੇਅਰ ਕੀਤਾ ਲਾਈਕ ਕੀਤਾ ਤੇ ਕਮੈਂਟ ਕੀਤਾ ਤੇ ਲਾਈਵ ਹੋ ਕੇ ਤੇ ਲਾਸਟ ਜਗੇ ਨੇ ਅਮਨ ਮਾਨ ਜੀ ਇਹ ਚਾਰ ਸਾਡੇ ਵਿਨਰ ਅਨਾਉਂਸ ਹੋ ਚੁੱਕੇ ਨੇ ਇਸ ਤੋਂ ਬਾਅਦ ਅਜੇ ਅਸੀਂ 6 ਵਿਨਰ ਹੋਰ ਅਨਾਉਂਸ ਕਰਨੇ ਨੇ ਤਾਂ ਦਬਾ ਕੇ ਸ਼ੇਅਰ ਕਰੋ ਵੀਡੀਓ ਨੂੰ ਤੇ ਪਾਰਟਿਸਪੇਟ ਕਰੋ ਹਰ ਵੀਡੀਓ ਦੇ ਅੰਦਰ ਲਿਮਟ ਕੋਈ ਨਹੀਂ ਹੈਗੀ ਮੈਂ ਤੁਹਾਨੂੰ ਦੱਸਦੀ ਕੋਈ ਵੀ ਵੀਡੀਓ ਨੂੰ ਤੁਸੀਂ 50 60 70 ਵਾਰ ਸ਼ੇਅਰ ਕਰ ਸਕਦੇ ਹੋ ਲਾਈਕ ਕਰ ਸਕਦੇ ਹੋ ਕਮੈਂਟ ਕਰ ਸਕਦੇ ਹੋ ਤੇ ਪੂਰੇ ਪੂਰੇ ਟੀਮ ਮੈਂਬਰਸ ਪ੍ਰੋਪਰਲੀ ਐਫਰਟ ਬਣਾ ਕੇ ਬੈਠੇ ਨੇ ਤੁਹਾਡੇ ਉੱਪਰ ਨਿਗਾਹ ਬਣਾ ਕੇ ਬੈਠੇ ਨੇ ਕਿੰਨੇ ਵੀਡੀਓ ਸ਼ੇਅਰ ਕਰਦੇ ਹੋ ਤੇ ਆਹ ਨੇ ਸ਼ਾਪ ਦੇ ਤਿੰਨ WhatsApp ਨੰਬਰ ਤੁਸੀਂ ਕੋਈ ਵੀ ਆਪਣਾ ਆਰਡਰ ਪਲੇਸ ਕਰਨਾ ਕੋਈ ਵੀ ਇਨਕੁਆਰੀ ਕਰਨੀ ਕਿਸੇ ਵੀ ਇੱਕ ਨੰਬਰ ਨੂੰ ਸੇਵ ਕਰਕੇ ਕਿਸੇ ਵੀ ਨੰਬਰ ਤੇ ਕੋਲ ਜਾਂ DM ਕਰ ਸਕਦੇ ਹੋ ਆਪਣੇ ਪੀਸਾ ਵਾਸਤੇ ਸ਼ਿਪਿੰਗ ਆਪਣੀ ਵਰਲਡ ਵਾਈਡ ਹੈ ਕਿਤੇ ਬੈਠ ਕੇ ਆਪਣਾ ਆਰਡਰ ਪਲੇਸ ਕਰੋ ਤੇ ਬੋਲਦੇ ਤੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਕਿਸੇ ਵੀ ਨੰਬਰ ਦੇ ਉੱਤੇ ਤੇ ਇੱਕ ਆ ਗਿਆ ਜੀ ਫਸਟ ਨੰਬਰ ਆਰਟੀਕਲ ਆਏਗਾ ਜੀ ਇੰਡੋ वेस्टर्न ਸਟਾਈਲ ਕਿਉਂਕਿ ਹੁਣ ਕਰਵਾ ਚੌਦਾ ਪਵਿੱਤਰ ਤਿਹਾਰ ਹੈਗਾ ਵਾ ਫੈਸਟੀਵਲ ਨੇ ਘਰ ਚ ਫੈਮਿਲੀ ਫੰਕਸ਼ਨ ਨੇ ਹਰ ਕਸਟਮਰ ਦੀ ਡਿਮਾਂਡ ਆ ਰਹੀ ਹੈ ਡਿਜ਼ਾਈਨਰ ਪੀਸਿਸ ਦੀ ਤੇ ਸਟਾਰਟ ਕਰਨ ਲੱਗੇ ਆ ਜਾਫੇ ਦੇ ਨਾਲ ਆਏਗਾ ਜੀ ਸਾਰਾ ਕਰੇਵ ਦੇ ਉੱਪਰ ਆਰਟੀਕਲ ਬਣਿਆ ਹੋਇਆ ਵਾ ਪ੍ਰੋਪਰਲੀ ਨੀਚੇ ਬਲਾਊਸ ਹੋਏਗਾ ब्लाउज ਦੇ ਪਰ ਇਹ ਸ਼ੌਕ ਹੈਗੀ ਪ੍ਰੋਪਰਲੀ ਟੇਲ ਕੱਟ ਸਟਾਈਲ ਸ਼ਰਗ ਹੋਏਗੀ ਰੋਸ ਦੇ ਉੱਪਰ ਔਰ ਵਾਕ ਦੇਖੋ ਸਿਸਟਰ ਜੀ ਸਾਰਾ ਹੈਂ ਦਬਕੇ ਦਾ ਕਸਬ ਦਾ ਵਾਕ ਹੋਏਗਾ ਲੋਸੀ ਇਸਰਾ ਫੁੱਲ 슬ੀਵਸ ਤੇ ਵਾਕ ਕੀਤਾ ਹੈ ਬੰਦ ਦੀ ਨੀਟਨਸ ਥੋੜੇ ਸਾਹਮਣੇ ਆ ਪ੍ਰੋਪਰਲੀ ਸਾਈਜ਼ ਤੁਹਾਨੂੰ ਬੜੇ ਸਾਰੇ ਕੰਫਰਟੇਬਲਸ ਮਿਲਣਗੇ 38 40 ਐਂਡ 42 ਤੇ ਉਸ ਤੋਂ ਬਾਅਦ ਵੀ ਕਿਸ ਦਾ ਕੋਈ ਵੀ ਸਾਈਜ਼ ਹੈਗਾ ਵਾ ਔਰ ਵੀ ਅਸੀਂ ਆਪ ਬਾਈ ਆਰਡਰ ਪਰਵਾ ਸਕਦੇ ਆ ਬੱਟੇ ਰੈਡੀ ਸਾਈਜ਼ ਨੇ ਐਮ ਐਲ ਐਕਸ ਐਲ ਤੱਕ ਤੁਹਾਨੂੰ ਮਿਲਣਗੇ ਰੈਡੀ ਸਾਈਜ਼ ਤੇ ਇਹ ਹੈਗਾ ਜੀ ਆਰਟੀਕਲ ਨੰਬਰ 1 ਹੈਗਾ ਜੀ 18690 18690 ਓਨਲੀ 4 ਲਿਆ ਬੱਟੇ ਨੈਕਸਟ ਆਰਟੀਕਲ ਇਹ ਸਾਰੇ ਮੈਂ ਹਰ ਵੀਡੀਓ ਨੂੰ ਦੱਸਦਾ ਤੁਹਾਨੂੰ ਹਰ ਵੀਡੀਓ ਬਹੁਤ ਪਿਆਰਤਾ ਹਰ ਇੱਕ ਆਰਟੀਕਲ ਕਸਟਮਰ ਦੀ ਡਿਮਾਂਡ ਵੀ ਆਈ ਆ ਤੇ ਇੱਕ ਤਾਂ ਐਸੀ ਵੀਡੀਓ ਸੀਗੀ ਜਿੱਦੇ ਤੁਹਾਡੇ 20 ਦੇ 20 ਪੀਸ ਆਰਟੀਕਲ ਸਾਰੇ ਸੇਲ ਹੋ ਗਏ ਜੀ ਉਗੀ ਕੋ ਕਸਟਮਰ ਦੇ ਕਾਰਜ ਫੈਮਿਲੀ ਫੰਕਸ਼ਨਸ ਦੀ ਆ ਉਹਨਾਂ ਨੇ 12 13 ਪੀਸਾਂ ਨੂੰ ਬਾਈ ਕਰ ਲਿਆ ਤੇ ਇਹ ਬੜਾ ਪ੍ਰੋਟਾਰਮਲੇ ਜਗੜ ਉਤਾਰ ਬਲਾਂ ਇਹ ਸਿਸਟਰ ਜੀ ਡ੍ਰੈਪਿੰਗ ਇੰਡੋ-वेस्टर्न ਸਟਾਈਲ ਹੈਗੀ ਆ ਨੀਚੇ ਡ੍ਰੇਪ ਬਣੀ ਹੋਈ ਆ ਪ੍ਰੋਪਰਲੀ ਪਿਓਰ ਸ਼ਮੋਏ ਦੀ ਔਰ ਉੱਪਰ ਬਲਾਊਜ਼ ਹੋਏਗਾ ਵਿਥ ਸਲੀਵਜ਼ ਆ ਦੇਖੋ ਸਲੀਵਜ਼ ਆ ਫੈਬਰਿਕ ਨਾਲ ਦਿੱਤਾ ਗਿਆ ਡਿਜ਼ਾਈਨਰ ਵੱਲੋਂ ਔਰ ਯੂਅਰ ਚੁਆਇਸ ਤੁਸੀਂ ਲਗਵਾਉਣਾ ਚਾਹੁੰਦੇ ਹੋ ਜਾਂ ਨਹੀਂ ਚਾਹੁੰਦੇ ਤੇ ਇਦਾਂ ਆਏਗਾ ਡ੍ਰੇਪ ਦਾ ਸਟਾਈਲ ਇਹਦੇ ਉੱਪਰ yellow ਕਲਰ ਹੋਏਗਾ yellow ਪ੍ਰੋਪਰਲੀ ਸਮਾਰਟ yellow ਔਰ ਇਹਦੇ ਪਰ ਆਏਗੀ ਟੇਲ ਕੱਟ ਸ਼ਰਗੇ ਦੀ ਪਰ ਵਾਓ ਅਬੜ ਤੇ ਤੇ ਇੰਤੀਆਂ ਹਾਂ ਯੈਸ ਆ ਲੋ ਜੀ ਇਦਾਂ ਆ ਗਈ ਸ਼ਰਗ ਦੇ ਦੀ ਜੀ ਪਿਓਰ ਆਰਗੈਂਜ਼ਾ ਦੀ ਸ਼ਰਗ ਬਣੀ ਹੋਈ ਹੈ ਪ੍ਰੋਪਰਲੀ ਐਮਬਰਾਡਰੀ ਵਾਲੀ ਜੀ ਇਸ ਤਰ੍ਹਾਂ ਆ ਗਈ ਲੁੱਕ ਇਹਦੀ ਸੋ ਪ੍ਰੀਟੀ ਤੇ ਇਹ ਹੈਗਾ ਜੀ ਡਿਜ਼ਾਈਨ ਨੰਬਰ ਮੇਰਾ ਹੋਏਗਾ 2 ਅੱਜ ਦੇ ਵੀਡੀਓ ਦਾ ਔਰ ਰੇਂਜ ਹੋਏਗੀ 26700 ਓਨਲੀ 4 ਤਾਂ ਨਾਇਨ ਸਿੰਘਲਾ ਜੀ ਕਿਰਨ ਸਿਕਾਲੀਆ ਜੀ ਸਾਰਿਆਂ ਨੂੰ ਰਿਕਵੈਸਟ ਹੈਗੀ ਆ ਚਾਰ ਵਿਨਰ ਆਪਣੇ ਅਨਾਉਂਸ ਹੋ ਚੁੱਕੇ ਨੇ ਅਸੀਂ 6 winner ਹਲੇ ਹੋਰ ਅਨਾਉਂਸ ਕਰਨੇ ਨੇ ਤਾਂ ਪਾਰਟਿਸਪੇਟ ਨਾ ਛੱਡਿਓ ਵੀਡੀਓ ਦਬਾ ਕੇ ਸ਼ੇਅਰ ਕਰੋ ਸੁਖਵਿੰਦਰ ਗਿੱਲ ਜੀ ਮੈਂ ਦੱਸ ਸਕਦਾ ਵਾਂ ਕਿ ਤਿੰਨ ਤੋਂ ਦੋ ਤਿੰਨ ਹੋ ਹੀ ਬਣ ਚੁੱਕੇ ਨੇ ਦੋ ਵਾਰੀ ਸੈਕਿੰਡ ਟਾਈਮ ਫਿਰ ਬਣੇ ਨੇ ਕੋਈ ਅਸਥਾਦੀ ਕੰਡੀਸ਼ਨ ਨਹੀਂ ਹੈਗੀ ਕਿ ਤੁਸੀਂ ਅਗਰ ਬਣ ਚੁੱਕਿਓ ਕਿ ਦੁਬਾਰਾ ਨਹੀਂ ਬਣ ਸਕਦੇ ਦੁਬਾਰਾ ਫਿਰ ਬਣ ਸਕਦੇ ਹੋ ਤੁਸੀਂ winner ਆ ਲੋ ਜੀ ਇੱਕ ਆਇਗਾ ਇੰਡੋ-वेस्टर्न ਸਟਾਈਲ ਹੈਗਾ ਉਹਦੇ ਇੱਕ ਬਹੁਤ ਹੀ ਪਿਆਰੀ ਆਫਰ ਹੈਗੀ ਆ ਜਦੋਂ ਤੁਸੀਂ ਰੇਟ ਸੁਣੋਗੇ ਹਰਾਮ ਹੋ ਜਾਊਗਾ ਰੇਟ ਸੁਣ ਕੇ ਕਿ ਥਿਸ ਇਜ਼ ਦਾ ਬਿਊਟੀਫੁਲ ਡਰੈੱਸ और ये आएगा जी बहुत प्यारा देखो बैक तो आएगा इस तरह सेंटर से स्कर्ट बनी हुई है तो वॉक करोगे सेंटर का टॉपन होएगा तो प्लेन स्कर्ट है प्लेन एकदम लाइट वेट और इस तरह दुपट्टा और रेंज क्या बात है रेंज होएगी सिस्टर जी सूट्स वाली जी आ देखो प्रॉपर ओर कैंसर दपट्टा वा सारा आइवरी कलर बनया सारा थ्रेड वॉक है वा, और क्या सही सिस्टर जी अनबवेलेबल प्राइज मिस ना करना फटाफट -फड़ स्क्रीनशॉट नंबर से वॉट्सअप करो नाइन सैवन हंड्रड ਔਰ ਤੁਸੀਂ ਸਿਰਫ ਆਪਣਾ ਸਾਈਜ਼ ਸੈਂਡ ਕਰਨਾ ਵਾ ਚਸਟ ਵੇਸਟ ਔਰ हिਪ ਔਰ ਆਪਣੀ ਹਾਈਟ ਅਸੀਂ ਤੁਹਾਡੇ ਸਾਈਜ਼ ਅਕੋਰਡਿੰਗ ਕਰਕੇ ਦਵਾਂਗੇ ਤੁਹਾਨੂੰ ਰੈਡੀ ਆਰਟੀਕਲ ਔਰ ਇਹ ਆਏਗਾ ਜੀ ਆਰਟੀਕਲ ਨੰਬਰ 4 ਹੋਏਗਾ ਸਿਸਟਰ ਜੀ ਇਹਦਾ ਨੀਚੇ ਸਾਰੇ ਤੇ ਵਾਕ ਕੀਤਾ ਹੈ ਬਲੈਕ ਟੂ ਬਲੈਕ ਹਰ ਕਸਟਮਰ ਨੂੰ ਡਿਮਾਂਡ ਹੁੰਦੀ ਆ ਕਿ ਕੁਝ ਨਵੇਂ ਆਰਟੀਕਲ ਦੀ ਕਿਉਂਕਿ ਬਲੈਕ ਟੂ ਬਲੈਕ ਤੁਹਾਨੂੰ ਬਹੁਤ ਰੀਅਲ ਮਿਲਦਾ ਵਾ ਤੇ ਸਸ਼ੀਕਾਲ ਸੁੰਦਰ ਟੈਲੋਜੀ ਸਸ਼ੀਕਾਲ ਜੀ ਸੁੰਦਰ ਟੈਲੋਜੀ ਤੁਹਾਡੇ ਬਹੁਤ ਤੁਹਾਡੇ ਚੁਆਇਸ ਦੇ ਸਰਦੇ ਤੁਸੀਂ ਜੋ ਚੁਆਇਸ ਕਰਦੇ ਹੋ ਇਸ ਵੀਡੀਓ ਚ ਬਹੁਤ ਬੱਚੇ ਅੱਛੇ ਆਰਟੀਕਲ ਹੈਗੇ ਨੇ ਇੱਕ ਵਾਰੀ ਗੌਰ ਨਾਲ ਜੂੜ ਦੇਖਿਓ ਇਹਨਾਂ ਪੀਸਾਂ ਨੂੰ ਔਰਗੈਂਜ਼ਾ ਦੇ ਉੱਪਰ ਪੀਸ ਬਣਿਆ ਹੋਇਆ ਸ਼ਾਰਾ ਔਰ 44 ਤੱਕ ਰੈਡੀ ਹੋਏਗਾ 38 ਤੋਂ ਲੈ ਕੇ 44 ਤੱਕ ਦਿਸ ਇਜ਼ ਦਾ ਬਹੁਤ ਹੀ ਪਿਆਰਾ ਔਰ ਬਲੈਕ ਟੂ ਬਲੈਕ ਕੋਈ 골ਡ ਟੱਚ ਨਹੀਂ ਕੋਈ ਸਿਲਵਰ ਟੱਚ ਨਹੀਂ ਔਰ ਇਹ ਦਬਟਾ ਦਿਖਾ ਵਟੇ ਤੇ ਇਹ ਆਏਗਾ ਦੁਪੱਟਾ ਫੂਡ ਸਾਈਡ ਐਮਬਲੋਡਰੀ ਦੇ ਨਾਲ ਹੋਏਗਾ ਜੀ ਇਹਲਾ ਔਰ ਕੰਮ ਦੀ ਕੁਆਲਟੀ ਨੀਟਨੈਸ एवरीथिंग डिफरेंट ਹੋਏਗਾ ਜੀ ਅ ਰਣਵੀਰਦੀਪ ਸ਼ਮਰਾ ਜੀ ਥੈਂਕ ਯੂ ਸੋ ਮਚ ਔਰ ਇਹ ਆਏਗਾ ਜੀ ਆਰਟੀਕਲ ਨੰਬਰ 4 ਹੋਏਗਾ ਰੇਂਜ ਹੋਏਗੀ 16020 1620 ਰੁਪੀਸ ਓਨਲੀ 4 ਇਹ ਕਾ ਮੇਰਾ ਪੀਸ ਆ ਗਿਆ ਜੀ ਸਭ ਨੂੰ ਪਤਾ ਬਾਤ ਸਭ ਦੀ ਫੇਮਸ ਡਿਜ਼ਾਈਨਰ ਪਾਪਾ ਡੋਨ ਪੀਚ ਪੀਡੀਐਫ ਔਰ ਇਹ ਆਏਗਾ ਸ਼ਾਰੇ ਦੇ ਨਾਲ ਕੰਮ ਦੇਖੋ ਜੀ ਦਾ ਸਾਰਾ ਹਰ ਤਰ੍ਹਾਂ ਦਾ ਕੱਟਾਨਾ ਸਿਲਿਆ ਹੋਇਗਾ ਔਰ ਇਸ ਤਰ੍ਹਾਂ ਆਏਗਾ ਜੀ ਉਹਦਾ ਚੋਲੀ ਦਾ ਪਾਰਟ ਵਿਦਆਊਟ ਦੁਪੱਟਾ ਓਨਲੀ ਫੋਰ ਸ਼ਾਰਾ ਪਲੱਸ ਬਲਾਊਜ਼ ਉਹਦੇ ਬਹੁਤ ਡ्रेसेस ਹੋਣ ਗਿਆ ਦਿਸ ਇਜ਼ ਦਾ ਬਿਊਟੀਫੁੱਲ ਲਗਤੋਂ ਕੁਝ ਕਲਕ ਕੈਟੇਗਰੀ ਚੁਆਇਸ ਕਰਦੇ ਹਾਂ ਤਾਂ ਬਹੁਤ ਹੀ ਸਮਾਰਟ ਅਤੇ ਕਮ ਦੇਖੋ ਜੀ ਇਹਦਾ ਕੀ ਬਾਤ ਹੈ ਜੀ ਬਹੁਤ ਪਿਆਰੀ ਡਰੈਸ ਹੈਗੀ ਆ ਕਿ ਸਭ ਨੂੰ ਪਤਾ ਫੈਮਿਲੀ ਫੰਕਸ਼ਨ ਨੇ ਖੁਦ ਹੀ ਵਿਡਿੰਗ ਹੈਗੀ ਆ ਘਰ ਚ ਫੰਕਸ਼ਨ ਨੇ ਫੈਸਟੀਵਲ ਨੇ ਕਿਤੇ ਵੀ ਵੀਅਰ ਕਰ ਸਕਦੇ ਹਾਂ ਕਿ ਕਿ ਘਰ ਜਾਗੋ ਵੀ ਆ ਲੇਡੀ ਸੰਗੀਤ ਵੀ ਆ ਬਹੁਤ ਫੈਕਸਟੀਵਲ ਹੈਗੇ ਨੇ ਤੇ ਇਹ ਆਇਗਾ ਜੀ ਡਿਜ਼ਾਈਨ ਨੰਬਰ ਸਿਸਟਰ ਜੀ 5 ਹੋਏਗਾ ਪ੍ਰੋਪਰਲੀ ਮੋਵਿਸ਼ ਕਲਰ ਹੈਗਾ ਬਹੁਤ ਸੋਹਣਾ ਇਹ ਹੈਗਾ 30260 ਦੀ ਰੇਂਜ ਦੇ ਅੰਦਰ ਜੀ 30260 ਓਨਲੀ 4 ਤੇ ਇੱਕ ਆਏਗਾ ਜੀ ਲਾਈਟ ਵੇਟ ਮਸਕ ਕਲੀ ਅਨਾਰਕਲੀ ਇਹਦੀ ਖਾਸियत ਕੀ ਆ ਵਿਦਆਊਟ ਵੋਕ ਅਸਿਸਟਰ ਜੀ ਆ ਸਾਰਾ ਵੀਵਿੰਗ ਚ ਬਣਿਆ ਹੋਇਆ ਦੇਖੋ ਔਰ ਡਾਰਕ ਨੇਵੀ ਬਲੂ ਕਲਰ ਆ ਜੀ ਇਹਦਾ ਔਰ نیچے ਪਲਾਜ਼ੋ ਵੀ ਬਣਿਆ ਹੋਇਆ ਬਹੁਤ ਸੋਹਣਾ ਐਮਬਲੋਇਡਰੀ ਵਾਲਾ ਦੇਖੋ ਕਲਾਸ ਉਦੇ ਉੱਪਰ ਇਸ ਤਰ੍ਹਾਂ ساری ਵੀਵਿੰਗ ਵਾਲਾ ਬਾਰਡਰ ਹੋਏਗਾ ਸਿਸਟਰ ਔਰ ਇਹ ਦੇ ਉੱਪਰ ਆਏਗਾ ਕੜਦਾਣੇ ਦਾ ਵਾਕ ਦਬਕੇ ਦਾ ਵਾਕ ਤੇ ਨਾਲ ਆਏਗਾ ਜੀ ਪੌਟਲੀ ਵਾਕ ਅਰੇ ਬੈਕ ਤੇ ਡੋਰੀ ਹੈਗੀ ਆ ਟਸਸ ਬਹੁਤ ਸੋਹਣੇ ਬਣੇ ਹੋਏ ਨੇ ਬਹੁਤ ਸੋਹਣੇ ਕਲਾਸ ਵਾਕ ਕੀਤਾ ਹੋਇਆ ਦੇਖੋ ਜੀ ਇਹਦਾ ਸਾਰੇ ਪੌਟਲੀ ਵਾਲੇ ਬਟਨਸ ਹੈਗੇ ਨੇ ਔਰ ਆ ਆਏਗਾ ਦੁਪੱਟਾ ਡਾਰਕ ਨੇਵੀ ਦੇ ਨਾਲ ਚੈਂਪੀਅਨ 골ਡ ਕਲਰ ਦਾ ਦੁਪੱਟਾ ਹੋਏਗਾ ਕਿਉਂਕਿ ਇਹਦੇ ਉੱਪਰ ਵੀਵਿੰਗ ਹੈਗੀ ਆ ਸਿਸਟਰ ਜੀ ਉਹ ਸਾਰੀ 골ਡ ਕਲਰ ਦੀ ਕੀਤੀ ਹੋਈ ਆ ਔਰ ਸਭ ਦੇ ਨਾਲ ਬਾਜ਼ੂਦਨੋ ਮਿਲਣਗੇ ਇਨਕਲੂਡਿਡ ਉਹ ਤੁਹਾਡੀ ਚੁਆਇਸ ਆ ਤੁਸੀਂ ਲਗਵਾਉਣਾ ਚਾਹੁੰਦੇ ਹੋ ਜਾਂ ਨਹੀਂ ਚਾਹੁੰਦੇ ਯੂਅਰ ਚੁਆਇਸ ਈ ਇਹ ਆਏਗਾ ਜੀ 15130 ਯਾਨੀ ਕਿ 15000 130 ਓਨਲੀ 4 ਇਹ ਕਾਏਗਾ ਜੀ ਬਹੁਤ ਪਿਆਰਾ ਪੈਪਲਮ ਦੇ ਨਾਲ ਸ਼ਰਾਰਾ ਯਾਨੀ ਪਲਾਜ਼ੋ ਈ ਹੈ ਸ਼ਰਾਰਾ ਫਲੇ ਜਿਆਦਾ ਹੁੰਦਾ ਇਹ ਆਏਗਾ ਜੀ ਪਾਕਿਸਤਾਨੀ ਪਲਾਜ਼ੋ ਆ ਉੱਪਰੋਂ ਫਿਟਿੰਗ ਹੋਏਗੀ ਸਾਰਾ ਕੱਚੇ ਗੋਟ ਦਾ ਵਾਕ ਕੀਤਾ ਡਿਜ਼ਾਈਨਰ ਅਨੀਤਾ ਡੋਂਗਰੇ ਵਰਲਡ ਫੇਮਸ ਡਿਜ਼ਾਈਨਰ ਦਾ ਬ੍ਰਾਂਡ ਪੀਸ ਹੋਏਗਾ ਜੀ ਇਹਲਾ اور لک بہت ایلیگنٹ ہونے والی ہے سیم فرنٹ ہے سیم بیک ہے اور سب تو کلاس کیا ائے دے بازو دکھا بیٹھے دیکھو بہن بازو دیکھو سسٹر جی دے کنے پیارے پروپرلی اوپر دی فنشنگ اور دی پائپنگ اور دی پروپر لیسز لگے ہوئے ہیں اور دوپٹہ بھی اس کیلپنگ والا اور گیانزا دوپٹہ وا اور کلر ہے گا روبی پنک کلر جی نہ হট پنک نہ رانی ایک دم ڈیپ کلر ہوے گا اور یہ آئے گا سسٹر جی ارٹیکل نمبر 7 اور رینج ہوے گی 2250 22250 only four aur agla brand aayega ji Satyapol te thode samne hai kyuki assi ikatthe winner te announce karne assi but ek winner ne bahut hi effort kita jide si Aman Maan si ge te ohna ne bahut shares kitiya video saadi storyan te apne storyan te saade link nu bhi laga aya yani ki lokan nu share bhi kite ta is karke sanu us din char winner announce karne pe do the aise winners si ge jinna ne ਕਦੀ ਬਲਬੀਸ ਤੋਂ ਸ਼ਾਪਿੰਗ ਨਹੀਂ ਕੀਤੀ ਫਸਟ ਟਾਈਮ ਪਾਰਟਿਸਪੇਟ ਕੀਤਾ ਸੀ ਉਹਨਾਂ ਨੇ ਵੀਡੀਓ ਦੇ ਅੰਦਰ ਤਾਂ ਇਸ ਤਰ੍ਹਾਂ ਕੋਈ ਚੱਕਰ ਨਹੀਂ ਹੈ ਕਿ ਤੁਸੀਂ ਦੁਬਾਰਾ ਨਹੀਂ ਬਣ ਸਕਦੇ ਜਾਂ ਤੁਸੀਂ ਸ਼ਾਪਿੰਗ ਕਰਦੇ ਹੋ ਤਾਂ ਹੀ ਤੁਸੀਂ ਕਰ ਸਕਦੇ ਹੋ ਹਰ ਹਰ ਪਰਸਨ ਕੋਈ ਵੀ ਜੈਂਟਸ ਨੇ ਲੇਡੀਜ਼ ਨੇ ਕੋਈ ਵੀ ਏਜ ਪਰਸਨ ਨੇ ਤਾਂ ਤੁਸੀਂ ਪਾਰਟਿਸਪੇਟ ਜ਼ਰੂਰ ਕਰੋ ਇਹ ਆਏਗਾ ਜੀ ਬਹੁਤ ਪਿਆਰਾ ਪੀਸ ਕਰੇਪ ਦੇ ਉੱਪਰ ਆਏਗਾ ਡਸ਼ੀਨ ਕਰੇਪ ਦੇ ਉੱਪਰ ਸਤਿਆਪਾਲ ਦਾ ਬ੍ਰਾਂਡ ਮਲਟੀ ਕਲਰ ਦੇ ਅੰਦਰ ਦੁਪੱਟਾ ਦੇਖੋ ਸਿਸਟਰ ਦੁਪੱਟਾ ਇਹਦਾ ਇਹ ਆਏਗਾ ਜੀ ਦੁਪੱਟਾ ਦਬਾ ਕੇ ਬਹੁਤ ਸੋਹਣਾ ਮਸਟਰਡ ਦੇ ਨਾਲ yellow, pink, green ਹਰ ਤਰ੍ਹਾਂ ਦਾ ਕਲਰ ਐਡ ਕੀਤਾ ਹੋਇਆ ਸਿਸਟਰ ਜੀ ਔਰ ਇਹ ਆਏਗਾ ਜੀ ਡਿਜ਼ਾਈਨ ਨੰਬਰ 8 ਹੋਏਗਾ ਔਰ ਰੇਂਜ ਹੋਏਗੀ 22230 only for ਔਰ ਸਟਿਚਿੰਗ ਵਾਸਤੇ, ਆਲਟਰ ਵਾਸਤੇ ਪ੍ਰੋਪਰਲੀ ਪ੍ਰੋਫੈਸ਼ਨ ਟੇਲਰਸ, ਪ੍ਰੋਪਰਲੀ ਅੱچھے ਕਾਰੀਗਰ, ਫਿਨਿਸ਼ਿੰਗ ਮੈਨ, ਪ੍ਰੋਪਰਲੀ ਚਰਕ ਮੈਨ, ਹਰ ਤਰ੍ਹਾਂ ਦੀ ਸਹੂਲਤ ਉਪਲਬਧਾ only on Blvi store the brand studio ਤੇ 21 ਆਏਗਾ ਜੀ ਇੰਡੋ वेस्टर्न ਸਟਾਈਲ ਜੀ ਪਹਿਲਾਂ ਤਾਂ ਜੈਕੇਟ ਬਣੀ ਹੋਈ ਹੈ ਲੌਂਗ ਓਵਰ ਸੈਂਟਰ ਚ ਜਿਹੜਾ ਕੱਟ ਓਪਨ ਹੋਏਗਾ ਨੀਚੇ ਸਕਰਟ ਦੇ ਉੱਪਰ ਸਿਰਫ ਬਾਰਡਰ ਹੋਏਗਾ ਸੀ ਔਰ ਇਹ ਡਾਗ ਆਏਗਾ ਰਾਮਾ ਗ੍ਰੀਨ ਕਲਰ ਜੀ ਇਹ ਤੁਹਾਨੂੰ ਲੁੱਕ ਦੇਗਾ ਅਨਾਰਕਲੀ ਦੀ ਲੁੱਕ ਵੀ ਦੇਗਾ ਔਰ ਪਲੱਸ ਇੰਡੋ वेस्टर्न ਦੀ ਲੁੱਕ ਵੀ ਦੇਗਾ ਜੀ ਲਾ ਹਲਕਾ ਨਰੂਲਾ ਜੀ ਸਤਿ ਸ਼ਕਾਲ ਜੀ ਸਿਮਰਨ ਕੋਰ ਜੀ ਥੈਂਕ ਯੂ ਸੋ ਮੱਚ ਲਖਵੀਰ ਸੰਗੂ ਜੀ ਥੈਂਕ ਯੂ ਸੋ ਮੱਚ ਔਰ ਇਸ ਤਰ੍ਹਾਂ ਆਏਗਾ ਜੀ ਦੁਪੱਟਾ ਚਿਨੌਨ ਸ਼ਿਫੋਨ ਦਾ ਕੋਈ ਫੈਸਟੀਵਲਜ਼ ਆ ਰਹੇ ਨੇ ਵਿంటర్ ਦਾ ਜਨਨੀ ਥੋੜਾ ਜਿਹਾ ਆਪਣੇ ਮੌਸਮ ਚ ਥੋੜਾ ਜਿਹਾ ਚੇਂजेस ਆਊਗਾ ਕਿ ਵਿంటర్ ਆਏਗੀ ਥੋੜੇ ਜਿਹਾ ਡਾਰਕ ਕਲਰ ਦੀ ਡਿਮਾਂਡ ਰਹੇਗੀ ਤਾਂ ਇਸੇ ਕਰਕੇ ਜੋ ਵੀ ਨਵੇਂ ਡਿਜ਼ਾਈਨਰਸ ਨੇ ਉਹ ਡਸਟੀ ਕਲਰ ਪਲਸ ਦਾ ਡਾਰਕ ਕਲਰ ਦੀ ਪ੍ਰੋਡਕਸ਼ਨ ਕਰ ਰਹੇ ਨੇ ਤੇ ਇਹ ਆਇਆਗਾ ਜੀ ਡਿਜ਼ਾਈਨ ਨੰਬਰ 9 ਓਹੋ ਹੋ ਕੀ ਬਾਤ ਆ ਸਿਸਟਰ ਇਹਦੇ ਜੇ ਵੀ ਐਮ ਐਲ ਐਕਸਲ اور ਡਬਲ ਐਕਸ ਜਾਨਕੀ 44 ਤੱਕ ਤੁਸੀਂ ਰਾਮ ਨਾਲ ਰੈਡੀ ਕਰਾ ਸਕਦੇ ਹੋ ਆ ਦੋਨਾਂ ਆਰਟੀਕਲ ਆਛੋ ਜਿਹੜਾ ਪਹਿਲਾ ਗਿਆ ਉਹਦੇ ਵਿੱਚ ਵੀ ਤੇ ਇੱਕ ਆ ਅਨਾਰਕਲੀ ਮਸਕ ਕਲੀ ਕੋਈ ਮਸਕਲੀ ਮੀਨਸ ਕੋਈ ਜੋਗ ਨਹੀਂ ਹੋਏਗਾ ਇਹਦੀ ਕਲੀਆਂ ਜਿਹੜੀ ਸਟਾਰਟ ਹੋਣਗੀਆਂ ਉੱਪਰ ਤੋਂ ਸਟਾਰਟ ਹੋਣਗੀਆਂ ਕੱਚੇ ਗੋਟੇ ਦਾ ਵਾਕ ਆ ਥ੍ਰੈਡ ਵਾਕ ਕੀਤਾ ਹੋਇਆ ਬਾ ਹੋਰੀ ਆਇਗਾ ਜੀ স্মੋਕਿੰਗ ਗ੍ਰੇ ਕਲਰ ਜੀ ਬੋਡ ਦੀ ਲੁੱਕ ਦੇਖੋ ਸਿਸਟਰ ਜੀ ਦੀ ਬੋਸ ਉਹਨੇ ਬਹੁਤ ਪਿਆਰਾ ਪਿਓਰ ਚਨੌਨ ਦਾ ਆਰਟੀਕਲ ਸਿਸਟਰ ਔਰ ਅਫਗਾਨੀ ਬਾਜ਼ੂ ਆਂਗੇ ਨੇ ਹੋਈ ਮਾਜੀ ਹਲੋ ਜੀ ਦੁਪੱਟਾ ਇੱਕ ਬੜਾ ਦੁਪੱਟਾ ਫੜ ਸਾਈਡ ਤੋਂ ਦੁਪੱਟਾ ਫੜ ਦੋ ਓਵਰ ਇਹਦਾ ਦੁਪੱਟਾ ਸਾਈਡ ਤੋਂ ਫੜ ਬਟੇ ਹਲੋ ਦੁਪੱਟਾ ਜਿਹੜਾ ਹੈਗਾ ਜੀ ਇਹਦਾ ਆਏਗਾ ਆਰਡਨੀ ਸਟਾਈਲ ਆਰਡਨੀ ਮੀਨਸ ਦੁਪੱਟਾ ਨਾ ਸਟੋਲ ਹੈਗਾ ਵਾ ਨਾ ਫੁੱਲ ਹੈਗਾ ਵਾ 36 ਲੈਂਥ ਹੋਏਗੀ ਦੁਪੱਟੇ ਦੀ ਯਾਨੀ ਕਿ ਚੌੜਾਈ ਹੋਏਗੀ ਔਰ ਇਹ ਦੁਪੱਟਾ ਦੇਖੋ ਔਰ ਰੇਂਜ ਸੁਣਿਓ ਰੇਂਜ ਵੈਰੀ ਡਿਸਨੇਬਲ ਰੇਂਜ ਹੈਗਾ ਵਾ ਤੇ ਇਹ ਆਏਗਾ ਜੀ ਆਰਟੀਕਲ ਨੰਬਰ 10 ਹੋਏਗਾ ਔਰ ਰੇਂਜ ਹੋਏਗੀ 11880 ਓਨਲੀ ਫੋਰ 11880 ਦੀ ਰੇਂਜ ਦੇ ਅੰਦਰ ਔਰ ਨੈਕਸਟ ਆਰਟੀਕਲ ਆਏਗਾ ਪੈਪਲਮ ਟੌਪ ਦੇ ਨਾਲ ਆਏਗਾ ਤੁਹਾਨੂੰ ਬਹੁਤ ਹੀ ਪਿਆਰੀ ਸਕਰਟ ਜਾਨੇ ਕਿ ਲਾਈਟ ਵੇਟ ਸਕਰਟ ਦਿਖਾਨੇ ਜਾ ਰਿਹਾ ਤੁਹਾਨੂੰ ਮੈਂ ਡਾਰਕ ਪੀਕੋ ਕਲਰ ਦੇ ਉੱਪਰ ਆਏਗਾ 셀ਫ ਮੈਚਿੰਗ ਦਾ ਵਾਕ ਕੀਤਾ ਹੋਇਆ ਵਾ ਨੀਚੇ ਸਕਰਟ ਬਣੀ ਹੈ ਪਿਓਰ ਜੋਰਦੀ ਸਕਰਟ ਹੋਏਗੀ ਔਰ ਇਸ ਤਰ੍ਹਾਂ ਆਏਗਾ ਜੀ ਉੱਪਰ ਪੈਪਲਮ ਦਾ ਸਟਾਈਲ ਸਿਸਟਰ ਜੀ ਫਰੰਟ ਹੋਏਗੀ ਬੈਕ ਹੋਏਗੀ ਔਰ ਵਿਦ ਮਿਲੇਗਾ ਤੁਹਾਨੂੰ 슬ੀਵਸ ਹੋਣਗੇ ਉਹ ਤੁਹਾਡੀ ਚੁਆਇਸ ਆ ਹਾਫ ਕੁਆਟਰ 슬ੀਵਸ ਜਿਸ ਤਰ੍ਹਾਂ ਮਰਜੀ ਤੁਸੀਂ ਉਹਨਾਂ ਨੂੰ ਐਡ ਕਰ ਸਕਦੇ ਹੋ ਔਰ ਇਹ ਆਏਗਾ ਦੁਪੱਟਾ ਫੋਰਟ ਸਾਈਡ ਐਮਬ੍ਰੋਇਡਰੀਆ ਪਿਓਰ ਜਪਾਨੀਸ ਨੈਟ ਦਾ ਦੁਪੱਟਾ ਹੋਏਗਾ ਲੋ ਜੀ ਆਰਟੀਕਲ ਲੰਬੋ ਹੋਏਗਾ 111 ਔਰ ਰੇਂਜ ਦੇਖੋ ਸਿਸਟਰ ਜੀ ਰੇਂजेस ਦੇਖੋ ਫੈਬਰਿਕ ਅਗਰ ਸਟਿਚਿੰਗ ਦੀ ਗੱਲ ਕਰਾਂ ਤਿੰਨ ਤਿੰਨ 4 4000 ਰੁਪਿਆ ਰੇਟਸ ਨੇ ਬੁਟੀਕਸ ਦੇ ਇਨ ਆ ਰੈਡੀ ਚੀਜ਼ਾਂ ਨੂੰ ਰੈਡੀ ਕਰਨ ਵਾਸਤੇ ਬਟ ਆਪਣਾ ਪ੍ਰੋਡਕਸ਼ਨ ਦਾ ਮਾਲ ਹੁੰਦਾ ਵਾ ਅਸੀਂ ਡਾਇਰੈਕਟ ਫੈਕਟਰੀਆਂ ਚੋਂ ਮਾਲ ਬਾਈ ਕਰਦੇ ਆਂ ਡਟ ਕਾਰੀਗਰਾਂ ਕੋਲੋਂ ਬਾਈ ਕਰਦੇ ਆਂ ਇਸੇ ਕਰਕੇ ਸਾਡੀ ਰੇਂਜਰੀ ਹੁੰਦੀ ਆ ਬਾਜ਼ਾਰ ਦੇ ਨਾਲ ਤੁਹਾਨੂੰ ਕਟੋ-ਕਟ 25 ਤੋਂ 30% ਸਸਤਾ ਮਿਲਦਾ ਵਾ ਤੇ ਇੱਕ ਆਏਗਾ ਜੀ ਰੂਬੀ ਕੋਰਲ ਕਲਰ ਜੀ ਬਹੁਤ ਸੋਹਣਾ ਬੜੇ ਫਲੇਅਰ ਦਿਖਾਈ ਇਹਦਾ ਨੀਚੇ ਸਾਰੀ ਸਕਰਟ ਪਲੇਨ ਹੈਗੀ ਹੈ ਸਿਸਟਰ ਜੀ ਇਹਦੀ ਪ੍ਰੋਪਰਲੀ ਡਬਲ ਕੈਨਕਨ ਐਡ ਕੀਤੀ ਹੋਈ ਹੈ ਔਰ ਕੈਨਕਨ ਦੀ ਥੋੜੀ ਚੁਆਇਸ ਹੁੰਦੀ ਆ ਉਹ ਚ ਕੋਨਫਿਊਜ਼ ਨਾ ਹੋਇਆ ਕਰੋ ਕਿਉਂਕਿ ਕਦੀ ਥੋੜੀ ਚੁਆਇਸ ਦਾ ਅਗਰ ਕੈਨ ਪਨ ਨੂੰ ਰੱਖਣਾ ਜਾਂ ਰਿਮੂਵ ਕਰਨਾ ਉਹ ਚ ਕੋਈ ਵੱਡਾ ਮੈਟਰ ਨਹੀਂ ਹੁੰਦਾ ਆ ਦੇਖੋ ਕੰਮ ਦੇਖੋ ਸਿਸਟਰ ਜੀ ਦਾ ਪੈਪਲਮ ਵੀ ਆ ਸੈਂਟਰ ਚ ਹਲਕਾ ਜਿਹਾ ਕੱਟ ਵੀ ਆ ਸੇਮ ਫਰੰਟ ਆ ਦੁਪੱਟਾ ਰਫਲਸ ਬਨੇ ਹੋਏ ਆ ਬਹੁਤ ਸੋਹਣੇ ਇਹਦੇ ਦੁਪੱਟੇ ਦੇ ਔਰ ਹਲਕਾ ਹਲਕਾ ਮਿਰਰ ਵਾਕ ਵੀ ਕੀਤਾ ਹੋਇਆ ਵਾ ਤੇ ਇਹ ਹੈਗਾ ਜੀ ਡਿਜ਼ਾਈਨ ਨੰਬਰ 12 ਹੋਏਗਾ ਜੀ 17800 17800 only for ਔਰ ਦੋ ਕਲਰ ਲਾਂਚ ਕੀਤੇ ਨੇ ਆਰਟੀਕਲ ਨੰਬਰ 12 ਆਰਟੀਕਲ ਨੰਬਰ 13 ਦੋਨੇ ਸੇਮ ਹੋਏਗੇ ਇਹ ਹੈਗਾ ਮਸਟਰਡ 골ਡ ਕਲਰ ਜੀ ਜਿਹੜਾ ਪਹਿਲਾਂ ਸੀਗਾ ਜੀ ਉਹ ਰੂਬੀ ਪਿੰਕ ਸੀਗਾ ਯਾਨੀ ਕਿ ਹੌਟ ਪਿੰਕ ਦੀ ਟੋਨ ਚ ਸੀਗਾ ਬਟ ਬਹੁਤ ਸਮਾਰਟ ਕਲਰ ਸੀਗਾ ਇਹ ਹੈਗਾ ਜੀ ਮਸਟਰਡ 골ਡ ਕਲਰ ਨਾ ਬ੍ਰਾਈਟ ਆ ਨਾ ਲਾਈਟ ਆ ਬਹੁਤ ਸੋਹਣਾ ਕਲਰ ਹੈਗਾ ਵਾ ਔਰ ਇਸ ਤਰ੍ਹਾਂ ਹੀ ਬੈਕ ਹੈਗੀ ਆ ਔਰ ਕੋ ਡਬਲ ਕੈਨਕਨ ਲਗੀ ਹੋਈ ਆ ਔਰ ਗੈਂਜ਼ਾ ਦੀ ਸਕਰਟ ਆ ਲਾਈਟ ਬੇਟ ਕੋਈ ਘਰ ਚ ਵਿੱਚ ਮੇ ਤੁਹਾਡੀ ਆਪਣੀ ਖੁਦੀ ਵਿਡਿੰਗ ਹੈਗੀ ਕਿ ਤੁਸੀਂ ਟ੍ਰੂਸੋ ਦੀ ਸ਼ਾਪਿੰਗ ਕਰ ਰਹੇ ਹੋ ਆਈ ਡੋਨਟ ਕਰ ਸਕਦੇ ਇਦਾਂ ਦੇ ਆਰਟੀਕਲ ਜਿਵੇਂ ਮੈਰिज ਤੋਂ ਬਾਅਦ ਕਿਤੇ ਵੀ ਡਿਨਰ ਤੇ ਜਾਣਾ ਵਾ ਬਾਰਥਡੇ ਪਾਰਟੀ ਕਰਨੇ ਕੋਈ ਵੀ ਫੈਮਿਲੀ ਫੰਕਸ਼ਨ ਆਦਾ ਵਾ ਕਿਤੇ ਵੀ ਇਦਾਂ ਦੀ ਡ्रेसेस ਤੁਹਾਡੀਆਂ ਆਰਾਮ ਦੇ ਨਾਲ ਵੇਅਰ ਹੋਣਗੀਆਂ ਕਿਉਂਕਿ ਰੀਜ਼ਨੇਬਲ ਵੀ ਨੇ ਵਾਸ਼ੇਬਲ ਵੀ ਨੇ ਔਰ ਆਰਟੀਕਲ ਨੰਬਰ 13 17 800 ਦੀ ਰੇਂਜ ਦੇ ਅੰਦਰ ਲਿਓ ਬਟੇ ਨੈਕਸਟ ਲਹਿੰਗਾ ਦਿਖਾਉ ਹੁਣ ਤੁਹਾਨੂੰ ਦਿਖਾਵਾਂਗੇ ਤਕਰੀਬਨ ਤਕਰੀਬਨ 4 ਜਿਹੜੇ ਕਿ ਸਾਡੇ ਲੇਟੈਸਟ ਸੀ ਕਿਉਂਕਿ ਆਪਣੇ 컬렉ਸ਼ਨ ਜੋ ਵੀ ਨਵੀਂ ਆਂਦੀ ਹੈ ਸਭ ਤੋਂ ਪਹਿਲਾਂ ਅਸੀਂ ਫੇਸਬੁੱਕ ਫੈਮਲੀ ਵਾਸਤੇ ਸ਼ੋਅ ਕਰਦੇ ਆ ਇਨਸਟਾ ਫੈਮਲੀ ਸ਼ੋਅ ਕਰਦੇ ਆ ਕਿਉਂਕਿ ਫੇਸਬੁੱਕ ਤੇ ਅਸੀਂ ਪਾਉਂਦੇ ਆ ਲਾਈਟ ਵੇਟ ਪੀਸ ਪਾਉਂਦੇ ਆ ਅਤੇ ਅਸੀਂ ਵੈਡਿੰਗ ਡ्रेसेस ਪਾਉਂਦੇ ਆ ਦਿਖਾ ਬਟੇ ਇਹ ਆਏਗਾ ਜੀ ਪੌਪਲ ਕਲਰ ਦਾ ਲਹਿੰਗਾ ਜੀ ਹੁਣ ਰੇਂਜ ਸੁਣਿਓ ਬਹੁਤ ਸਮਾਰਟ ਰੇਂਜ ਆ ਸੁਖਵਿੰਦਰ ਗਿੱਲ ਜੀ ਫਿਰ ਸ਼ੇਅਰ ਕਰੋ ਤੁਸੀਂ ਵੀਡੀਓ ਕਿ ਨੈਕਸਟ ਵੀਨਰ ਤੁਸੀਂ ਫਿਰ ਬਣ ਜਾਓ ਹੈਟ੍ਰਿਕ ਪਾਸ ਕਰਦੇ ਹੋ ਤੇ ਇਹ ਆਏਗਾ ਦੁਪੱਟਾ ਇਹ ਨੇ ਜੀ ਸੁਖਵਿੰਦਰ ਗਿੱਲ ਜੀ ਜਿਹੜੇ ਸੈਕਿੰਡ ਟਾਈਮ ਬਲਵੀ ਸਟੋਰ ਦੇ ਫੇਸਬੁਕ ਲਾਈਵ ਦੇ ਸੈਕਿੰਡ ਫਸਟ winner ਵੀ AC ਸੈਕਿੰਡ winner ਵੀ AC ਆ ਲੋ ਜੀ ਤੇ ਇਹ ਪਰਪਲ ਕਲਰ ਹੈਗਾ ਵਾ ਕੋਈ ਵੀ ਕਿਸੇ ਨੇ ਸਵਾਲ ਜਵਾਬ ਕਰਨਾ ਇਹਨਾਂ ਨੇ ਕਰ ਸਕਦੇ ਹੋ ਇਸ ਟਾਈਮ ਲਾਈਵ ਹੈਗੇ ਨੇ ਉਹ ਤੇ ਪੁੱਛ ਸਕਦੇ ਹੋ ਕਿਸ ਤਰ੍ਹਾਂ ਬਨੇ ਨੇ ਸੈਕਿੰਡ winner ਵੀ ਬਨੇ ਨੇ ਉਹ ਕਿ ਇਹਨਾਂ ਨੇ ਦਬਾ ਕੇ ਵੀਡੀਓ ਸ਼ੇਅਰ ਕੀਤੀ ਲਾਈਕ ਕੀਤੇ ਕਮੈਂਟ ਕੀਤੇ ਤੇ ਹੁਣ ਫੇਰ ਪਾਰਟਿਸਿਪੇਟ ਕਰ ਰਹੇ ਨੇ ਦੇਖੋ ਜਜ਼ਬਾ ਦੇਖੋ ਉਹਨਾਂ ਦਾ ਕਿੰਨਾ ਵਾ 14770 ਦੀ ਰੇਂਜ ਦੇ ਅੰਦਰ ਦੀ ਆਰਟੀਕਲ ਨੰਬਰ 14 ਹੁਣ ਆਇਆ ਹੈਗਾ ਜੀ ਡਿਜ਼ਾਈਨ ਨੰਬਰ 15 ਆ ਲੋ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਡਾ ਗਿਫਟ ਰੈਡੀ ਹੈ ਬਸ ਕੁਵਿੰਦਰ ਜੀ ਕੱਲ ਹੋਏਗਾ ਡਿਸਪੈਚ ਬਟੇ ਕੱਲ ਡਿਸਪੈਚ ਹੋ ਜਾਣਗੇ ਚਾਰੇ ਗਿਫਟ ਜਿਹੜੇ ਦੇ ਸੀਗੇ ਐਡਰੈਸ ਕਿਹਿਆਂ ਦੇ ਆ ਚੁੱਕੇ ਨੇ ਕਿਹਿਆਂ ਦੇ ਆਉਣ ਵਾਲੇ ਨੇ ਦਿਖਾ ਬਟੇ ਫਲੇਅਰ ਦਿਖਾਇਆ ਦਾ ਆ ਦੇਖੋ ਜੀ ਸੋ ਸੁਪਰ ਲੁਕਿੰਗ ਸਮਾਰਟ ਜੀ ਇਹ ਤੁਹਾਨੂੰ ਸਭ ਨੂੰ ਪਤਾ ਕਿ ਬਲਵੀ ਸਟੋਰ ਦਾ ਬ੍ਰਾਂਡ ਸਟੂਡੀਓ ਅਗਰ ਤੁਸੀਂ ਹਜੇ ਤੱਕ ਵਿਜ਼ਿਟ ਨਹੀਂ ਕੀਤਾ ਤਾਂ ਜ਼ਰੂਰ ਕਰੋ ਬਲਵੀ ਸਟੋਰ ਆਪੋਜ਼ਿਟ ਪੋਸਟ ਆਫਿਸ ਚੌਂਗ ਨੀਅਰ ਗੁਰਦੁਆਰਾ ਸਿੰਘ ਸਭਾ ਮਾਲਟੋਨ ਮਾਰਕੀਟ ਲੁਧਿਆਣਾ ਤੇ ਕਰ ਤੁਸੀਂ ਕਦੀ ਨਹੀਂ ਆ ਜਰੂਰ ਆਇਓ ਇੱਕ ਵਾਰੀ ਤੁਹਾਨੂੰ ਹਰ ਤਰ੍ਹਾਂ ਦੀ ਵੈਰਾਈਟੀ ਬ੍ਰਾਈਡਲ ਲਹਿੰਗਾ ਸਾਰੀ ਸੂਟ ਲੌਂਗ ਡ्रेसेस ਸ਼ੋਰ ਡ्रेसेस ਕਾਟਨ ਦੇ ਸੈਮੀ ਫਾਰਮਲ ਹਰ ਤਰ੍ਹਾਂ ਦੇ ਸਟਾਰਟਿੰਗ ਆਪਣੇ ਕੋ ਵਿంటర్ ਦੀ 700 ਤੋਂ ਸਟਾਰਟਿੰਗ ਸੂਟ ਹੋ ਜਾਂਦੇ ਨੇ ਵੈਲਵਟ ਦੀ ਵੈਰਾਈਟੀ ਬਹੁਤ ਆ ਚੁੱਕੀ ਆ 24570 ਲਖਨਵੀ ਦੇ ਨਾਲ ਮਸਟਰਡ ਕਲਰ ਦਾ ਦੁਪੱਟਾ ਕੋਗੀ ਅੱਗੇ ਵਿంటర్ స్టార్ਟ ਆ ਤੇ ਪ੍ਰੋਪਰਲੀ ਵੈਲਵਟ ਦੇ ਸੂਟ ਆ ਚੁੱਕੇ ਨੇ ਸਟਾਰਟਿੰਗ 12 1500 ਤੋਂ ਲੈ ਕੇ ਜਿੰਨਾ ਮਰਜ਼ੀ ਤੁਸੀਂ ਉੱਪਰ ਤੱਕ ਦੇਖ ਸਕਦੇ ਹੋ ਪ੍ਰਿੰਟਡ ਵੀ ਨੇ ਹੈਂਡਵਰਕ ਵੀ ਨੇ ਇੱਕ ਆ ਲਾਈਟ ਸਕਰਟ ਆਈ ਗਈ ਜੀ ਪਿਓਰ ਜੋਰ ਦੀ ਸਕਰਟ ਹੋਏਗੀ ਸਿਰਫ ਬੈਲਟ ਤੇ ਵੋਕ ਹੈਗਾ ਵਾ ਔਰ ਆ ਚੋਲੀ ਤੇ ਪਾਰ ਤੇ ਵੋਕ ਹੋਈ ਜਿਸ ਕੜਦਾਨਾ ਸਿਲਿਆ ਹੋਇਆ ਵਾ ਪ੍ਰੋਪਰ ਮਿਰਰ ਸਿਲਿਆ ਹੋਏ ਨੇ ਬੜੇ ਪਿਆਰ ਦਿਖਾਇਓ ਔਰ ਸਾਈਜ਼ਸ ਦੀ ਥੋੜੀ ਆਪਣੀ ਚੁਆਇਸ ਹੈਗੀ ਤੁਸੀਂ ਅਸੀਂ ਰੱਖਦੇ ਹਾਂ ਸਟੈਂਡਰਡ ਸਾਈਜ਼ ਕੋਈ ਗਲਾ ਡੀਪ ਆਂਦਾ ਕੋਈ ਕਹਿੰਦਾ ਕਵਰ ਚਾਹੀਦਾ ਵਾ ਹਰ ਤਰ੍ਹਾਂ ਦਾ ਅਰੇਂਜਮੈਂਟ ਹੈਗਾ ਵਾ ਹਰ ਲੈਂਗ ਦੇ ਨਾਲ ਡਿਜ਼ਾਈਨਰ ਵੱਲੋਂ ਅੱਧੇ ਪਾਉਣੇ ਮੀਟਰ ਦਾ ਫੈਬਰਿਕ ਨਾਲ ਆਂਦਾ ਵਾ ਕਿ ਤੁਸੀਂ ਰੈਡੀ ਕਰਵਾ ਸਕਦੇ ਹੋ ਆਪਣੀ ਚੁਆਇਸ ਦੇ ਮਨਸਬੰਦ ਨਾਲ ਜੀ ਇਹ ਹੈਗਾ ਸੀ ਨੇਵੀ ਬਲੂ ਕਲਰ ਜੀ ਲੁਧਿਆਣਾ ਦਾ ਨੰਬਰ 1 ਇਹ ਸਭ ਤੁਹਾਡੇ ਸਾਥ ਨਾਲ ਲੁਧਿਆਣਾ ਦਾ ਨੰਬਰ 1 ਸਟੋਰ ਬਣੇ ਆ ਸਭ ਤੁਹਾਡੇ ਸਾਥ ਨਾਲ ਪਿਆਰ ਨਾਲ ਕਿਉਂਕਿ ਨੀਅਰ ਬਾਊਟ 61 ਇਅਰ ਹੋ ਚੁੱਕੇ ਨੇ ਇਸ ਸ਼ੋਰੂਮ ਨੂੰ ਤੇ ਪ੍ਰੋਪਰਲੀ ਪਰਿਵਾਰ ਹੈਗਾ ਵਾ 120 ਬੰਦਾ ਸਟਾਫ ਹੈਗਾ ਵਾ ਪ੍ਰੋਪਰਲੀ ਆਪ ਸਾਰੇ ਯਾਨੀ ਕਿ ਤੁਸੀਂ ਜਿਹੜੇ ਸਾਡੇ ਲਾਈਵ ਕਿਸੀ ਪਲਾਂ ਆਨਲਾਈਨ ਬਹੁਤ ਕਟ ਕਰਦੇ ਸੀਗੇ ਦਾ ਸਟਾਰਟ ਅਸੀਂ تین ਤੋਂ 4-7 ਤੋਂ ਕੀਤਾ ਵਾ ਤੇ ਸਭ ਨੇ ਕਿਹਾ ਵਾ ਸਟਾਰਟ ਕਰੋ ਤੇ ਬਹੁਤ ਅੱਛਾ ਰਿਸਪੌਂਸ ਵੀ ਆ ਤੇ ਆਪਣਾ ਇੰਸਟਾ ਦੀ ਫੈਮਲੀ ਵੀ 171k ਹੋ ਚੁੱਕੇ ਨੇ ਕਿ ਲਗ 71000 ਪਰਿਵਾਰ ਆਪਣਾ ਜੁੜ ਚੁੱਕੇ ਨੇ ਤੇ ਉਹ ਜੁੜ ਫੋਲੋ ਕਰਿਓ ਪੇਜ ਇੰਸਟਾ ਦੇ ਉੱਪਰ ਪ੍ਰੋਪਰਲੀ 171k ਨੇ ਆਪਣੇ ਤੇ ਇਹ ਹੈਗੀ ਬਲੈਕ ਸਾਰੀ ਹੈ ਜੀ ਡ੍ਰੈਪਿੰਗ ਦੇ ਅੰਦਰ ਅੰਦਰ ਚ ਰਫਲ ਵਾਲੀ ਸਕਰਟ ਹੈਗੀ ਹੈ ਸਿਸਟਰ ਔਰ ਆ ਆਏਗਾ ਜੀ ਇਹਦਾ ਚੋਲੀ ਦਾ ਪਾਰ ਦਾ ਵਰਕ ਔਰ ਇਹਦੇ ਨਾਲ ਹੀ ਬਾਜ਼ੂ ਹੈਗੇ ਨੇ ਪਰ ਬਾਜ਼ੂ ਲੱਗਣਗੇ ਪ੍ਰੋਪਰਲੀ ਕੈਪ ਸਲੀਵਸ 3 4 ਇੰਚਸ ਦੇ ਬਾਜ਼ੂ ਇਹਨਾਂ ਐਡ ਆਨ ਹੋ ਸਕਦੇ ਨੇ ਲੋ ਜੀ ਆਰਟੀਕਲ ਨੰਬਰ 17 31350 31350 ਕਿਉਂਕਿ ਸੱਭਿਆ ਸਾਥੀ ਦਾ ਬ੍ਰਾਂਡ ਪੀਜ਼ਾ ਕੰਮ ਬਹੁਤ ਅੱਛਾ ਵਾ ਇੱਕ ਆ 3 ਪੀਸ ਆਏਗਾ ਜੀ ਇੰਡੋ ਵੈਸਟਰਨ ਸਟਾਈਲ ਦੇ ਚ ਡਬਲ ਕੈਨ 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 ਦੀ ਯੂਅਰ ਚੁਆਇਸ ਹੈਗੀ ਹੈ ਦੇਖੋ ਆਪਾਂ ਕਿਸੇ ਦੇ ਬਾਰੇ ਕਿਰਨ ਜੀ ਨਹੀਂ ਕਹਿ ਸਕਦੇ ਕੌਣ ਐਕਸਪੈਂਸਿਵ ਹੈ ਜਾਂ ਨਹੀਂ ਹੈ ਬਟ ਸਾਨੂੰ ਆਪਣਾ ਬਲਵੀਰ ਦਾ ਪਤਾ ਵਾ ਤੇ ਅਸੀਂ ਆਪਣੇ ਕੋਈ ਵੀ ਫੈਮਿਲੀ ਮੈਂਬਰ ਨੇ ਉਹ ਚਾਹੇ ਆਨਲਾਈਨ ਨੇ ਜਾਂ ਆਫਲਾਈਨ ਨੇ ਸਾਡਾ ਮਕਸਦ ਕੀ ਹੈ ਤੁਹਾਡਾ ਪ੍ਰੋਪਰਲੀ ਫਾਇਦਾ ਕਰਨਾ ਤੁਹਾਨੂੰ ਵੈਰਾਈਟੀ ਵੀ ਲੇਟੈਸਟ ਮਿਲੇ ਔਰ ਤੁਹਾਨੂੰ ਦੀ ਕੁਆਲਿਟੀ ਵੀ ਆ ਕੋਈ ਕੰਪਰਮਾਈਜ਼ ਨਹੀਂ ਹੁੰਦਾ ਤੇ ਪ੍ਰੋਪਰਲੀ ਚਾਹੇ ਕੋਟਨ ਦੇ ਸੂਟ ਨੇ ਚਾਹੇ ਡ्रेसेस ਨੇ ਕੋਈ ਵੀ ਆਰਟੀਕਲ ਅਸੀਂ ਅਗਰ ਸੇਲ ਆਊਟ ਕਰਦੇ ਆ ਤਾਂ ਸਾਡਾ ਮਕਸਦ ਕੀ ਆ ਕੁਆਲਿਟੀ ਨਾ ਕੰਪਰਮਾਈਜ਼ ਹੋਵੇ ਔਰ ਬਟ ਜਿਹੜਾ ਸਾਡੇ ਕਲਾਇੰਟ ਨੇ ਸਾਡੇ ਕਸਟਮਰ ਨੇ ਉਹਨਾਂ ਦਾ ਬੈਨੀਫਿਟ ਹੋਵੇ ਰੇਂਜ ਵਾਈਜ਼ ਵੀ ਕਿ ਬਾਜ਼ਾਰ ਦੇ ਨਾਲੋਂ 10 ਤੋਂ 20% ਤੁਹਾਨੂੰ ਸਸਤਾ ਮਿਲੇ ਤੇ ਇਹ ਆਏਗਾ 3 ਪੀਸ ਸੀਗਾ ਜੀ ਤੇ ਪ੍ਰੋਪਰ ਜੈਕਟ ਤੇ ਵਾਕ ਸੀਗਾ ਕਲਰ ਤੁਹਾਡੇ ਸਾਹਮਣੇ ਕਿੰਨਾ ਬਲਸ਼ ਪਿੰਕ ਕਲਰ ਕਿੰਨਾ ਸੋਨਾ ਕਲਰ ਆਏਗਾ ਭਾ 21360 21360 ਓਨਲੀ 4 ਜਿਹੜਾ ਮੈਂ ਨੈਕਸਟ ਆਰਟੀਕਲ ਦਿਖਾਣਾ ਜਿਹੜਾ ਸਾਡੇ ਸ਼ਾਪ ਦਾ ਸੁਪਰ ਡੂਪਰ ਆਰਟੀਕਲ ਆ ਕਈਆਂ ਨੇ ਦੇਖਿਆ ਹੋਵੇ ਕਈਆਂ ਨੇ ਬਾਈ ਵੀ ਕੀਤਾ ਹੋਊਗਾ ਕਿਉਂਕਿ ਬਹੁਤ ਪ੍ਰੋਡਕਸ਼ਨ ਵਾਲਾ ਮਾਲ ਆ ਸਿਸਟਰ ਜੀ ਹਲਾ ਸਕੋਰ ਹੈਗੀ ਲਾਈਟ ਵੇਟ ਪਲੇਨ ਇਸ ਚਨੋਂਨ ਦੀ ਇਹਦੇ ਉੱਪਰ ਲੌਂਗ ਜੈਕਟ ਹੋਏਗੀ ਇਹਦੀ ਇਸ ਤਰ੍ਹਾਂ ਆਨੀਅਨ ਪਿਆਜ਼ੀ ਕਲਰ ਦੀ ਕੰਮ ਦੇਖੋ ਜੀ ਇਹਦਾ ਕੀ ਬਾਤ ਹੈ ਜੀ ਬਹੁਤ ਸੋਹਣਾ ਪੀਸ ਆ ਸਿਸਟਰ ਇਹਦਾ ਤੇ ਦੁਪੱਟਾ ਚਨੋਂਨ ਸ਼ਿਫੋਨ ਦਾ ਹੈਗਾ ਵਾ ਆਹ ਲਓ ਪਿਓਰ ਚਨੋਂਨ ਦਾ ਆ ਮੋਸਟ ਵੈਲਕਮ ਆ ਸਿਸਟਰ ਜੀ ਪੂਰੀ ਟੀਮ ਵੈਲਕਮ ਕਰ ਰਹੀ ਤੁਹਾਡਾ ਕਿਰਨ ਜੀ ਕਿਰਨ ਜੀ ਤੁਸੀਂ ਜਦੋਂ ਵੀ ਇੰਡੀਆ ਆਏ ਤੇ ਜ਼ਰ ਆਇਓ ਮਾਲਟੋਂ ਦੇ ਅੰਦਰ ਤੇ ਤੁਹਾਨੂੰ ਦਵਾਂਗੇ ਵੈਰਾਈਟੀ ਟੋਟਲੀ ਲੇਟੈਸਟ ਪੀਸਿਸ ਹੋਣਗੇ ਜੀ ਤੇ ਅਸੀਂ ਜ਼ਿਆਦਾ ਨਹੀਂ ਕਰਦੇ ਤਾਂ ਵੀਡੀਓ ਜਰੂਰ ਸ਼ੇਅਰ ਕਰਿਓ ਕਿ ਤੁਸੀਂ ਨੈਕਸਟ Winner ਬਣ ਸਕੋ ਬਲਵੀ ਸਟੋ ਦੇ Facebook Live ਦੇ ਤੇ ਇਹ ਆਏਗਾ ਜੀ 10000 100 only for ਤੁਸੀਂ ਡੋਂਟ ਵਰੀ ਤੁਸੀਂ ਇੰਡੀਆ ਜਦੋਂ ਆਣਾ ਉਦੋਂ ਆਣਾ ਕੋਈ ਗੱਲ ਨਹੀਂ ਤੁਸੀਂ ਨੰਬਰ ਅਸੀਂ ਮੈਂਸ਼ਨ ਕਰਤੇ ਨੇ ਨੰਬਰ ਸੇਵ ਕਰਿਓ WhatsApp ਕਰਿਓ ਤੁਹਾਨੂੰ ਗਰੁੱਪ ਚ ਐਡ ਕਰਾਂਗੇ ਬ੍ਰੌਡਕਾਸਟ ਜੋ ਜੋ ਨਵੇਂ ਕੋਈ ਸੂਟਾਂ ਦੀ ਫੋਟੋਜ਼ ਵੀ ਆਉਂਦੀਆਂ ਨੇ ਉਹ ਅਸੀਂ ਰੋਜ਼ ਦੀ ਰੋਜ਼ ਕੋਈ ਲਹਿੰਗਾ ਹੋਣ ਕੋਈ ਵੀ ਹੋਵੇ ਤੁਹਾਨੂੰ ਅਸੀਂ ਨਾਲ ਦੀ ਨਾਲ ਫੋਟੋ ਸੀ ਅਸੀਂ ਐਡ ਆਨ ਕਰਦੇ ਹਾਂ ਰੋਜ਼ ਹਰ ਤਰ੍ਹਾਂ ਦੀ ਯਾਨੀ ਕਿ ਪ੍ਰੋਪਰਲੀ ਟੀਮ ਰੱਖੀ ਹੋਈ ਆ ਫੋਟੋਜ਼ ਵਾਸਤੇ ਵੀ ਹਰ ਕਲੈਕਸ਼ਨ ਵਾਸਤੇ ਵੀ ਆ ਦੇਖੋ ਇੰਡੋ-ਵੈਸਟਰਨ ਸਟਾਈਲ ਜੀ ਚਾਰਕੂਲ ਗ੍ਰੇ ਕਲਰ ਆ ਜੀ ਦਾ ਗ੍ਰੇ ਸਟੋਨ ਦੇ ਉੱਪਰ ਆ ਬਲੂ ਸਟੋਨ ਦੇ ਉੱਪਰ ਹੈਗਾ ਵਾ ਨੀਚੇ ਸਕਰਟ ਸਿਗੀ ਉਹਦੇ ਨਾਲ ਪਰ ਬਲਾਉਸ ਹੈਗਾ ਤੇ ਉੱਪਰ ਹੁਕਸ ਲੱਗੇ ਹੋਏ ਨੇ ਪ੍ਰੋਪਰਲੀ ਲੌਂਗ ਜੈਕਟ ਦੇ ਉੱਪਰ ਅਗਰ ਤੁਸੀਂ ਚਾਹਦੇ ਹੋ ਵਿਦਆਊਟ ਜੈਕਟ ਵੇਅਰ ਕਰਨਾ ਤਾਂ ਵਿਦਆਊਟ ਜੈਕਟ ਵੀ ਵੇਅਰ ਕਰ ਸਕਦੇ ਹੋ ਤੇ ਇਹ ਹੈਗਾ ਜੀ ਡਿਜ਼ਾਈਨ ਨੰਬਰ 20 23140 ਓਨਲੀ 4 ਔਰ 3 ਆਰਟੀਕਲ ਹੋਰ ਨੇ ਪਹਿਲਾਂ 20 ਸੋਚੇ ਫਿਰ 21 ਸੋਚੇ ਫਿਰ 24 ਆਰਟੀਕਲ ਹੀ ਮੁੰਡੇ ਨੇ ਪਾਤੇ ਤੇ ਆਏਗਾ ਜੀ ਇੰਡੋ-ਵੈਸਟਨ ਸਟਾਈਲ ਸਾਰਾ ਜੀ ਲੱਗਿਆ ਸੀ ਆਪਾਂ ਦੇਖੀ ਗਣੇ ਥੱਲੇ ਆ ਲੋ ਜੀ ਇੱਕਾ ਲੌਂਗ ਡਰੈੱਸ ਹੈਗੀ ਜੀ ਤੇ ਇਸ ਥੈਂਕ ਯੂ ਸੋ ਮਾਚ ਜਿਨ੍ਹਾਂ ਨੇ ਵੀ ਜੁਆਇਨਿੰਗ ਕੀਤੀ ਆ ਬਲਵੀ ਸਟੋਰ ਦੇ ਲਾਈਵ ਸੈਸ਼ਨ ਦੇ ਅੰਦਰ ਤਾਂ ਇਸ ਤੋਂ ਬਾਅਦ ਇੱਕ ਵੀਡੀਓ ਦੀ ਹੋਰ ਤਿਆਰੀ ਹੈ ਮੁੰਡਿਆਂ ਦੀ ਪਾਉਂਗੇ ਬਟੇ ਜੇ ਕੱਲ ਤੇ ਵਿਕਾਸ ਕਹਿੰਦਾ ਕਿ ਅੱਜ ਥੋੜਾ ਜਿਹਾ ਨਹੀਂ ਹੋ ਪਾਏਗਾ ਕਿਉਂਕਿ ਥੋੜਾ ਜਿਹਾ ਪਾਰਸਲ ਵੀ ਇਹਨੇ ਡਿਸਪੈਚ ਕਰਨੇ ਨੇ ਕੋ ਸਾਰੀ ਟੀਮ ਇਹ ਸਾਰਾ ਹੈਂ ਤੇ ਆਈਵਰੀ ਕਲਰ ਆ ਦੇਖੋ ਸਾਰੀ ਥ्रेड ਵਰਕ ਵੀ ਆ ਇਹਦੇ ਉੱਪਰ ਪ੍ਰਿੰਟਡ ਵੀ ਆ ਤੇ ਇਹ ਨੀਚੇ ਸਾਰਾ ਲਾਈਟ ਕਰੀਮੀਸ਼ ਕਲਰ ਹੈਗਾ ਬਹੁਤ ਦੇ ਪਰ ਸਾਰਾ ਪ੍ਰਿੰਟਡ ਹੈਗਾ ਡਾਰਕ ਕਲਰ ਦੇ ਨੇ ਤੇ ਵਿਦਆਊਟ ਦੁਪੱਟਾ ਇਹ ਡਰੈਸ ਹੈਗੀ ਆ ਨੀਚੇ ਲੌਂਗ ਡਰੈਸ ਉੱਪਰ ਲੌਂਗ ਜੈਕਟ ਤੇ ਇਹ ਹੈਗਾ ਸੀ ਡਿਜ਼ਾਈਨ ਨੰਬਰ ਮੇਰਾ ਸਿਸਟਰ ਜੀ ਹੋਏਗਾ 21 ਔਰ ਰੇਂਜ ਕੁਝ ਵੀ ਨਹੀਂ ਹੈਗੀ ਸਸਤਾ ਜੀ ਕੁਝ ਵੀ ਨਹੀਂ ਹੈਗੀ 14770 ਲਓ ਜੀ ਸੈਕਿੰਡ ਲਾਸਟ ਆਰਟੀਕਲ ਆਏਗਾ ਸਿਸਟਰ ਜੀ ਲੌਂਗ ਅਨਾਰਕਲੀ ਮਸਕਲੀ ਨਾਰਕਲੀ ਆਹ ਲਓ ਜੀ ਇਹ ਆਏਗੀ ਪਿਓਰ ਸਿਲਕ ਦੇ ਅੰਦਰ ਜਿਵੇਂ ਘਰ ਚ ਫੈਮਿਲੀ ਫੰਕਸ਼ਨ ਆ ਕੁਝ ਅੱਛੇ ਬ੍ਰਾਊਂਡ ਦਾ ਪੀਸ ਇਸ ਨੂੰ ਵੇਅਰ ਕਰਨਾ ਵਾ ਆਹ ਲਓ ਕੰਮ ਦੇਖੋ ਜੀ ਦਾ ਬਹੁਤ ਸਮਾਰਟਨੈਸ ਵਾਲਾ ਪੀਸ ਹੋਏਗਾ ਸਿਸਟਰ ਜੀ ਬਹੁਤ ਸਮਾਰਟਨੈਸ ਵਾਲਾ ਪ੍ਰੋਪਰ ਮਿਰਰ ਸਿਲੇ ਹੋਏ ਨੇ ਆਹ ਦੇਖੋ ਬੈਕ ਕਿੰਨੀ ਪਿਆਰੀ ਆ ਡਿਜ਼ਾਈਨਰ ਵੱਲੋਂ ਨਾਲ ਦੁਪੱਟਾ ਵੀ ਲਾਂਚ ਕੀਤਾ ਗਿਆ ਪਲੱਸ 벨ਟ ਵੀ ਲਾਂਚ ਕੀਤਾ ਗਿਆ ਪ੍ਰੋਪਰਲੀ ਸਕੇਲਪਿੰਗ ਵਾਲੀ ਜੀ ਹਲੋ ਅਗਰ 벨ਟ ਦੀ अमाउंट ਦੀ ਗੱਲ ਕਰੀਏ 3 3 4 4000 ਰੁਪਿਆ ਬਾਈ ਕਰ ਲੈ ਰਹੇ ਨੇ ਮੋਟ੍ਰਿਕਸ ਵਾਲੇ 벨ਟ ਨੂੰ ਰੇੜੀ ਕਰਨ ਵਾਸਤੇ ਬਟ ਡਿਜ਼ਾਈਨਰ ਵੱਲੋਂ ਤੁਹਾਨੂੰ ਮਿਲੇਗੀ ਓਨਲੀ ਫ੍ਰੀ ਓ ਕੋਸਟ ਕੋਈ ਚਾਰजेस ਨਹੀਂ ਹੋਣਗੇ ਆਰਟੀਕਲ ਨੰਬਰ 22 ਹੋਏਗਾ 23790 ਇਹ ਮੇਰਾ ਸ਼ੋਅ ਸਟੌਪਰ ਪੀਸ ਜਿੱਤੋਂ ਸਟਾਰਟ ਕੀਤਾ ਉਹ ਤੇ ਐਂਡ ਕਰ ਰਹੀਆਂ نیچے ਡ੍ਰੀਪਿੰਗ ਡਰੈੱਸ ਹੈਗੀ ਆ ਉਹਦੇ ਉੱਪਰ ਆਏਗੀ ਸ਼ਰਗ ਸਾਰੀ ਸਕੈਲਪਿੰਗ ਵਾਲੀ ਜੀ ਡਿਜ਼ਾਈਨਰ ਪੀਸ ਹੈਗਾ ਜੀ ਸੀਮਾ ਗੁਜਰਾਲ ਦਾ ਔਰ ਇਸ ਤਰ੍ਹਾਂ ਸ਼ਰਗ ਤੁਸੀਂ ਵੇਅਰ ਨਹੀਂ ਕਰਨਾ ਤਾਂ ਇਸ ਤਰ੍ਹਾਂ ਹੁੱਕ ਐਡ ਕੀਤੀ ਹੋਈ ਆ ਤਾਂ ਤੁਸੀਂ ਹੁੱਕ ਨੂੰ ਰਿਮੂਵ ਵੀ ਕਰ ਸਕਦੇ ਹੋ ਬਟ ਜੈਕਟ ਨਾਲ ਜ਼ਰੂਰ ਵੇਅਰ ਕਰੋ ਕਿਉਂਕਿ ਨਿਊ ਆਰਟੀਕਲ ਹੈਗਾ ਵਾ ਔਰ ਪਿਓਰ ਸੁੱਚੇ ਪੋਲ ਦਾ ਵਾਕ ਕੀਤਾ ਹੋਇਆ ਵਾ ਦੇਖੋ ਜੀ ਇਹਦਾ ਸੇਮ ਫਰੰਟ ਆ ਸੇਮ ਬੈਕ ਹੈਗੀ ਆ ਤੇ ਇਹ ਹੈਗਾ ਜੀ ਮੇਰਾ ਡਿਜ਼ਾਈਨ ਨੰਬਰ 2023 ਲਾਸਟ ਆਰਟੀਕਲ ਹੈਗਾ ਜੀ ਔਰ ਇਹ ਰੇਂਜ ਆ ਗਈ 33000 ਕੋਸਟਲੀ ਕਿਉਂ ਆ ਫੈਬਰਿਕ ਪਿਓਰ ਆ ਔਰ ਸਾਰੇ ਡਿਜ਼ਾਈਨਰ ਦਾ ਅਰੀਜਨਲ ਪੀਸ ਆ ਕੋਈ ਵੀ ਕਾਪੀ ਨਹੀਂ ਹੋ ਪਾਈ ਇਸ ਪੀਸ ਦੀ ਔਰ ਨਾ ਹੀ ਹੋ ਸਕਦੀ ਕਿਉਂਕਿ ਦਿਸ ਇਜ਼ ਦਾ ਰੀਅਲ ਸੁਚੇਪਲਸ ਕੰਮ ਦੇਖੋ ਜੀ ਲੋ ਜੀ ਇਹ ਸੀਗੇ ਆਪਣੇ ਅੱਜ 23 ਆਰਟੀਕਲ ਨੰਬਰ ਮੈਂਸ਼ਨ ਕਰ ਰਹੇ ਹਾਂ 퍼 ਫਸਟ ਸੈਕਿੰਡ ਥਰਡ ਕੋਈ ਵੀ ਆਰਡਰ ਪਲੇਸ ਕਰਨਾ ਹੋਵੇ ਕੋਈ ਵੀ ਇਨਕੁਆਰੀ ਕਰਨੀ ਹੈ ਕਿਸੇ ਵੀ ਇੱਕ ਨੰਬਰ ਨੂੰ ਸੇਵ ਕਰ ਲਿਓ ਫੋਨ ਕਰਿਓ ਕਾਲ ਕਰਿਓ ਮੈਸੇਜ ਕਰਿਓ ਤੇ ਆਪਣੇ ਪੀਸਾਂ ਦੀ ਬੁਕਿੰਗ ਕਰਵਾਇਓ ਸ਼ਿਪਿੰਗ ਆਪਣੀ ਵਰਲਡਵਾਈਡ ਆ ਬਲਜੀਤ ਚਿਮਾ ਜੀ ਸਾਈਜ਼ ਸਾਰੇ ਨੇ 38 ਵੀ ਆ 40 ਵੀ ਆ ਐਂਡ 42 ਵੀ ਆ ਉਸ ਤੋਂ ਬਾਅਦ ਵੀ ਆਪਣਾ ਕੋਈ ਲਾਸਟ ਸਾਈਜ਼ ਹੈਗਾ ਬਾਅਦ 44 ਆ ਜਾਂ 46 ਆ ਉਹ ਵੀ ਅਸੀਂ ਆਰਡਰ ਤੇ ਤੁਹਾਨੂੰ ਰੈਡੀ ਕਰਵਾ ਸਕਦੇ ਆ ਤੇ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼ਕਾਲ ਫਤਿਹ ਰੂਪ ਪ੍ਰਵਾਨ ਕਰਿਓ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ winner ਦੁਆਰਾ ਫੇਰ ਦਿਖਾ ਦਣਾ ਚਾਰ winner ਅਲਾਊਂਸ ਹੋਏ ਨੇ ਆਪਣੇ ਫੇਸਬੁਕ ਲਾਈਵ ਦੇ ਸੁਖਵਿੰਦਰ ਗਿੱਲ ਜੀ ਠੀਕ ਹੈ ਜੀ ਉਸ ਤੋਂ ਬਾਅਦ ਹੈਗੇ ਨੇ ਅਸੀਂ ਸਾਡੇ ਅਮਨ ਮਾਨ ਜੀ ਤੁਸੀਂ ਗਿਫਟ ਦੇ ਲੋ ਸਿਸਟਰ ਜੀ ਨੈਕਟਸ ਕਿੰਨਾ ਪਿਆ ਰਿਹਾ ਤਾਂ ਅਮਨ ਮਾਨ ਜੀ ਨੂੰ ਹੈਂਡ ਪਰਸ ਹੈਗਾ ਬਲ ਲੱਕੀ 쿠ਪਨ ਹੈਗੇ ਨੇ ਫਿਰ ਹੈਗੇ ਨੇ ਸਾਡੇ ਬਲਜੀਤ ਕੋਰ ਚੀਮਾ ਜੀ ਕੀ ਬਾਤ ਹੈ ਲੱਕੀ ਨੇ ਲੱਕੀ ਜੀ ਲੱਕੀ ਆ ਦੋਵਾਂ ਲੱਕੀ ਬਣ ਗਏ ਨੇ ਸੁਖਵਿੰਦਰ ਗਿੱਲ ਜੀ ਤੇ ਇਹ ਹੈਗੇ ਨੇ ਸਾਡੇ 4th ਹੈਗੇ ਨੇ ਆਸ਼ਾ ਬਰਮਾ ਜੀ ਤੇ ਆ థాంਕ ਯੂ so much for ਔਰ ਸਨੇਕਲਿਸ ਤੁਹਾਡੇ ਸਾਹਮਣੇ ਨੇ ਸੁੱਚੇ ਪੋਲ ਦੇ ਨੈਕਲਿਸ ਹਨ ਹੋਸੀ ਦਿੱਤੇ ਨੇ ਤੇ ਹੁਣ ਇਸ ਤੋਂ ਬਾਅਦ 6 ਜੇ ਜੇ ਅਸੀਂ ਹੋਰ ਅਨਾਉਂਸ ਕਰਨੇ ਨੇ ਤਾਂ ਹੁਣ ਨਾ ਮਿਸ ਕਰਿਓ ਦਬਾ ਕੇ ਸ਼ੇਅਰ ਕਰਿਓ ਵੀਡੀਓ ਨੂੰ ਦਬਾ ਕੇ ਤੇ ਨੈਕਸਟ winner ਕਰਾਂਗੇ ਕਿਦੋਂ ਕੱਢਨੇ ਬਟੇ ਅੱਜ ਕਿੰਨੀ ਤਰੀਕਾ ਅੱਜ 5 10 ਤਰੀਕ ਨੂੰ ਕੱਢਨੇ ਮੈਡਮ 10 ਤਰੀਕ ਤੱਕ ਦਬਾ ਕੇ ਸ਼ੇਅਰ ਕਰੋ ਕਿ ਤੁਸੀਂ ਬਣ ਸਕੋ ਸਾਡੇ ਨੈਕਸਟ winner ਫੇਸਬੁਕ ਲਾਈਵ ਦੇ ਠੀਕ ਹੈ ਸਰਦਾਰ ਜੀ ਓਕੇ ਸਰ ਨੂੰ ਸੱਸੀ ਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ